ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪ ਸਭ ਜੀ ਦਾ ਸਵਾਗਤ ਹੈ। ਪਿਆਰੇ ਦੋਸਤੋ, ਹਾਜ਼ਰ ਹੋਏ ਹਾਂ ਅੱਜ ਦੀ ਵੱਡੀ ਅਪਡੇਟ ਦੇ ਨਾਲ। ਸੋ ਦੋਸਤੋ, ਮੁਲਾਜ਼ਮਾਂ ਅਤੇ ਪੈਨਸ਼ਨਰਸ ਲਈ ਵੱਡੀ ਖੁਸ਼ਖਬਰੀ ਆਈ ਹੈ ਦੋਸਤੋ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਅਤੇ ਪੱਕੀ ਮੋਹਰ ਲਗਾਈ ਹੈ ਦੋਸਤੋ। ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ ਦੋਸਤੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਸੋ ਪਿਆਰੇ ਦੋਸਤੋ, ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 6ਵਾਂ ਪੇ ਕਮਿਸ਼ਨ ਜੋ ਹੈ ਲਾਗੂ ਹੋਇਆ ਸੀ, ਜਿਸ ਦੇ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਸ ਦੀਆਂ ਤਨਖਾਹਾਂ ਅਤੇ ਪੈਨਸ਼ਨਸ ਦੇ ਵਿੱਚ ਵਾਧਾ ਕੀਤਾ ਗਿਆ ਸੀ। ਪਰ ਦੋਸਤੋ, 1/7/2015 ਤੋਂ ਲੈ ਕੇ 30/7/2015 ਤੱਕ ਜੋ ਮੁਲਾਜ਼ਮ ਸਾਥੀ ਸਨ, ਉਹਨਾਂ ਨੂੰ DA ਜੋ ਸੀ 113% ਦਰ ਦੇ ਨਾਲ ਮਿਲ ਰਿਹਾ ਸੀ, ਜਦਕਿ ਉਹਨਾਂ ਨੂੰ DA ਜੋ ਹੈ 119% ਨਾਲ ਮਿਲਣਾ ਚਾਹੀਦਾ ਸੀ, ਜਿਸ ਦੇ ਕਾਰਨ ਹੁਣ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਦੋਸਤੋ, ਪੈਨਸ਼ਨਰਸ ਦੇ DA ਦੇ ਵਿੱਚ 6% ਵਾਧਾ ਕੀਤਾ ਗਿਆ ਹੈ ਦੋਸਤੋ। ਸੂਤਰਾਂ ਤੋਂ ਮਿਲੀ ਖਬਰ ਦੇ ਮੁਤਾਬਕ ਦੋਸਤੋ, 1/7/2015 ਤੋਂ ਲੈ ਕੇ 31/7/2015 ਤੱਕ ਜੋ DA 113% ਦਰ ਦੇ ਨਾਲ ਮਿਲ ਰਿਹਾ ਸੀ, ਉਸ ਨੂੰ ਹੁਣ ਵਧਾ ਕੇ 119% ਕਰ ਦਿੱਤਾ ਗਿਆ ਹੈ ਦੋਸਤੋ। ਇਹ ਫੈਸਲਾ ਜੋ ਹੈ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਹੁਣ DA ਦੇ ਵਿੱਚ 6% ਵਾਧਾ ਜੋ ਕਰ ਦਿੱਤਾ ਗਿਆ ਹੈ, ਅਤੇ ਦੋਸਤੋ ਰਹਿੰਦਾ ਸਾਰਾ ਬਕਾਇਆ ਵੀ ਸਰਕਾਰ ਵੱਲੋਂ ਜਾਰੀ ਕੀਤਾ ਜਾਵੇਗਾ। ਸੋ ਦੋਸਤੋ, ਇਹ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ DA ਨੂੰ 119% ਕੀਤਾ ਜਾਵੇ, ਜੋ ਹੁਣ ਮੰਗ ਸਰਕਾਰ ਵੱਲੋਂ ਪ੍ਰਵਾਨ ਕਰ ਲਈ ਗਈ ਹੈ ਦੋਸਤੋ। ਮੈਨੂੰ ਉਮੀਦ ਹੈ ਕਿ ਆਪ ਨੂੰ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ। ਹੋਰ ਅਪਡੇਟਸ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।